ਇਹ ਸਤਪਾਲ ਭਾਜੀ ਸਾਡੇ ਵੱਡੇ ਭਰਾ, ਵੱਡੇ ਭਰਾ ਸਾਡੇ। ਹਾਈ, ਗੁੱਡ ਮਾਰਨਿੰਗ ਗਾਇਜ਼, ਵੈਲਕਮ ਟੂ ਮਾਈ ਚੈਨਲ ਅਜੇ ਵਲੌਗ। ਕਿਆ ਹਾਲ ਚਾਲ ਹੈ ਦੋਸਤੋ, ਠੀਕ ਠਾਕ ਹੋ? ਪਹਿਲੇ ਤਾਂ ਯਾਰ ਦੱਸੋ, ਅੱਜ ਮੈਂ ਕੈਜੂਅਲ ਡਰੈਸ 'ਚ ਕਿਸ ਤਰ੍ਹਾਂ ਲੱਗ ਰਿਹਾ? ਮੈਂ ਆਪਣੇ ਆਪ ਨੂੰ ਬਹੁਤ ਸਮਾਰਟ ਸਮਝ ਰਿਹਾ ਅੱਜ। ਮੈਂ ਤਾਂ ਪਿੱਛੇ ਦੇਖ, ਮੇਰਾ ਪਟੋਲਾ ਡਰਾਮੇ ਬਾਅਦ ਆਈ ਨੀ ਨਜ਼ਰ ਲੱਗ ਜੇ ਇਹਦੇ ਪਟੋਲੇ ਨੂੰ। ਅੱਜ ਹਮ ਲੋਕ ਜਾ ਰਹੇ ਹੈ ਪਠਾਨਕੋਟ। ਪਠਾਨਕੋਟ ਸਤਪਾਲ ਭਈਆ ਹੈ ਹਮਾਰੇ, ਸੋਨੂ ਕੇ ਪਾਪਾ ਕੇ ਦੋਸਤ ਹੈ, ਉਨਕੇ ਬੇਟੇ। ਅੱਜ ਹਮ ਉਨਕੋ ਆਪ ਸਭਕੋ ਮਿਲਾਏਂਗੇ ਉਨਸੇ, ਔਰ ਦੇਖਤੇ ਰਹਿਣਾ ਹਮਾਰਾ ਨਿਊ ਡਰਾਈਵਰ। ਹਾਏ ਗਾਇਸ, ਕੈਸੇ ਹੋ? ਮਸਤ। ਤੋ ਦੋਸਤੋ, ਹਮ ਆਪਕੋ ਦਿਖਾਏਂਗੇ ਪਠਾਨਕੋਟ ਪੰਗੋਲੀ। ਹਮ ਲੋਕ ਪੰਗੋਲੀ ਜਾ ਰਹੇ ਹੈ, ਦੇਖਤੇ ਰਹਿਣਾ ਅਜੇ ਵਲੌਗ ਗੁਰਦਾਸਪੁਰ। ਹਾਂਜੀ ਦੋਸਤੋ, ਦੋਸਤੋ ਮੇਰੇ ਅੱਜ ਦੇ ਵਲੌਗ ਦੇ ਵਿੱਚ ਕਮੈਂਟ ਬਾਕਸ 'ਚ ਜ਼ਰੂਰ ਲਿਖਣਾ ਕਿ ਤੁਹਾਨੂੰ ਕੱਲ੍ਹ ਦਾ ਵਲੌਗ, ਸਵਿਮਿੰਗ ਪੂਲ ਵਾਲਾ ਵਲੌਗ ਕਿਸ ਤਰ੍ਹਾਂ ਲੱਗਾ। ਲੋ ਜੀ ਦੋਸਤੋ, ਆ ਗਏ ਆਪਾਂ ਪੰਗੋਲੀ। ਪੰਗੋਲੀ ਆ ਗਏ ਜੀ। ਦੋਸਤੋ, ਅੱਜ ਤੁਹਾਨੂੰ ਮੈਂ ਪਿੰਡ ਦੇ ਰੀਤੀ ਰਿਵਾਜ, ਪਿੰਡ ਦਾ ਮਾਹੌਲ, ਪਿੰਡ 'ਚ ਜਵਾਈਆਂ ਨੂੰ ਕਿਸ ਤਰ੍ਹਾਂ ਖਾਣਾ ਖਵਾਉਂਦੇ ਹੈ, ਹਵਨ ਕਿਸ ਤਰ੍ਹਾਂ ਕਰਦੇ ਹੈ, ਇਹ ਸਾਰਾ ਕੁਛ ਇਸ ਵਲੌਗ ਦੇ ਵਿੱਚ ਦਿਖਾਵਾਂਗਾ। ਹਾਈ ਗਾਈਸ, ਵੈਲਕਮ ਟੂ ਮਾਈ ਚੈਨਲ। ਕੀ ਹਾਲ ਚਾਲ ਹੈ ਦੋਸਤੋ? ਆਪਾਂ ਪਹੁੰਚ ਗਏ ਹਾਂ ਪੰਗੋਲੀ, ਅਤੇ ਇਹ ਸਤਪਾਲ ਭਾਅ ਜੀ ਸਾਡੇ ਵੱਡੇ ਭਰਾ, ਵੱਡੇ ਭਰਾ ਸਾਡੇ ਯਾਰਾਂ ਦੇ ਯਾਰ, ਇਹ ਇਹਨਾਂ ਦੇ ਦੋਸਤ ਮਿਸਟਰ ਵਿਨੋਦ ਜੀ। ਵਿਨੋਦ ਜੀ, ਕੀ ਹਾਲ ਚਾਲ ਹੈ? ਫਾਈਨ ਸਰ, ਬਹੁਤ ਵਧੀਆ। ਨਾਈਸ ਟੂ ਮੀਟ ਯੂ ਸਰ। ਵੈਰੀ ਗੁੱਡ, ਥੈਂਕ ਯੂ ਵੈਰੀ ਮੱਚ। ਸਤਪਾਲ ਭਾਅ ਜੀ ਦੇ ਘਰ ਦਿਖਾਈਏ ਸਰ, ਆਓ ਪਲੀਜ਼। ਹਾਂਜੀ ਹਾਂ, ਇਹ ਪਾਪਾ ਦਾ ਨਾਮ ਕੁਲਦੀਪ ਕੁਟੀਰ। ਹਾਂ, ਵੈਰੀ ਗੁੱਡ। ਬਹੁਤ ਮੁਸ਼ਕਿਲ ਸੀ, ਮੈਂ ਦੇਖ ਕੇ ਬੜੀ ਪਰੇਸ਼ਾਨ ਸੀ। ਸੋਨੂ ਦੇ ਪਾਪਾ ਅਤੇ ਸਤਪਾਲ ਭਈਆ ਦੇ ਪਾਪਾ ਦੋਨੋਂ ਇਕੱਠੇ ਬੈਸਟ ਫਰੈਂਡ ਸੀ। ਅੱਜ ਦੇਖ ਕੇ ਸੋਨੂ ਵੀ ਅਤੇ ਅੱਖਾਂ ਭਰ ਆਈ। ਲੋ ਜੀ, ਪਕੌੜੇ ਦੇ ਬਹੁਤ ਸਵਾਦ ਜੇ, ਤੀਜੀ ਪਲੇਟ ਜੇ ਭਾਰਤ ਦੀ। ਭਾਰਤ
हाँ जी गाइस, पंगोली तो वापस आ गए, गुरदासपुर पहुंचे ही सी अली, बस जस्ट दो मिनट फाटक बंद सी, घर आने वाला है। जड़ा हवन उन्होंने करवाया सी बड़ा अच्छा सी, बड़े रीति रिवाज ना सारे उन्होंने सानू सबनू जवाइया वांगू सेवा की, जवाइया नू बिठाया, तुहानू सारा दिखाया, सोनू भी देख ली सी पिछे बैठ के, तो बड़ा अच्छा लगा। दोस्तों कुछ रीति रिवाज है जेडे असी लोग भुल रहे हैं, अज काफ़ी देर बाद सानू रीति रिवाज दोबारा देखने को मिले, बड़ा अच्छा लगा। चलो ओके बाय बाय दोस्तों, अब हम घर जा रहे हैं, बहुत थक गए हैं, सोएंगे। ओके बाय दोस्तों, टेक केयर, अपना ध्यान रखना, देखते रहना अजय व्लॉग, बाय बाय। Sitting lonely in my room again, trying to find the words to say, but nothing comes out. I am looking for